ਮਾਰਾਨਾ ਰੂਮੀ ਰਹਿਮਤੁਲਾ ਅਲੈਹ ਦੀ ਮਖਨੇ ਜੀ, ਇਹ ਜੋ ਕੁਛ ਸੁਣਿਆ ਮੈਂ ਵੀ, ਤੁਸੀਂ ਸਾਰੇ ਮਾਸੂ ਬੇਦਾਂ ਦੀ ਲਜ਼ਤ ਆਉਂਦੀ ਨਾ, ਨਮਾਜ਼ਾਂ 'ਚ ਸਵਾਦ ਆਉਂਦਾ ਨਾ ਦੁਆ। ਉਹ ਰੂਮੀ ਨੇ ਦਿਲੀ ਬੜੀ ਪਿਆਰੀ ਇੱਕ ਬਾਤ ਸੁਣਾਈ, ਨਚੋੜ ਕੱਢਿਆ ਉਹ ਹੀ ਦੁਆਵਾਂ ਵਾਲੀ ਹਜ਼ਰਤ ਅਲੀ ਦੀ ਗੱਲ। ਇੱਕ ਸ਼ਖਸ ਹਜ਼ਰਤ ਸ਼ੁਐਬ ਅਲੈਹ ਸਲਾਮ ਦੇ ਜ਼ਮਾਨੇ 'ਚ, ਉਹਨੇ ਆਖਿਆ ਹਜ਼ਰਤ ਸ਼ੁਐਬ ਹੈ, ਰੱਬ ਨੇ ਮੇਰੇ ਬੜੇ ਗੁਨਾਹ ਵੇਖੇ, ਇਹਨੇ ਇਹਨੇ ਜੁਰਮ ਮੈਂ ਕਰ ਰਿਹਾ, ਅਤੇ ਮੈਨੂੰ ਖੁਦਾ ਨਹੀਂ ਪਕੜਦਾ। ਕਹੀ ਅਸੀਂ ਇਸ ਭੁੱਲ ਕੇ, ਹਾਲਾਂਕਿ ਪਕੜਿਆ ਹੁੰਦਾ ਹੈ, ਪਕੜ ਅਸੀਂ ਇਹ ਨਾ ਸੋਟਾ ਵਜੇ ਆਂ ਯਕੇ ਮੀ ਗੁਫਤ ਦਰ ਅਹਦੇ ਸ਼ੈਬ ਕੇ ਖੁਦਾ ਮਨ ਬਸੇ ਜੀ ਦਾ ਸਰ। ਸ਼ੈਬ ਅਲੈਹ ਸਲਾਮ, ਮੇਰੇ ਰੱਬ ਨੇ ਮੇਰੇ ਬੜੇ ਐਬ ਵੇਖੇ, ਚੰਦ ਜੀਦ ਅਜ਼ਮਨ ਗੁਨਾਹ ਹੋ ਜੁਰਮ ਹਾ ਵਜ਼ ਕਰਮ ਬਿਜ਼ਦਾਨ ਅਮੀ ਗੀਰ ਮਰਾ, ਇੰਨੇ ਐਬ ਮੇਰੇ ਖੁਦਾ ਨੇ ਵੇਖੇ, ਅਜੇ ਤੱਕ ਮੈਨੂੰ ਕੁਛ ਨਹੀਂ ਆਖ। ਹੱਥ ਪਿਆਰਾ ਗੁਫਤ ਦਰ ਗੋਸ਼ੇ ਸ਼ੈਬ ਡਰ ਜਵਾਬ ਏ ਉਸੀ ਅਜ਼ਰ ਰਾਹ ਗੈ ਗੈਬ ਚੋਂ। ਹਜ਼ਰਤ ਸ਼ੈਬ ਅਲੈਹ ਸਲਾਮ ਨੂੰ ਬਈ ਆਈ ਕੰਨ 'ਚ ਦੱਸਿਆ ਕੇ ਬਗੁਫਤੇ ਚੰਦ ਕਰਮ ਮਨ ਗੁਨਾਹ ਦਰ ਕਰਮ ਨਾ ਗਿਫਤ ਬਰ ਜੁਰਮ। ਇਹ ਬੇਵਕੂਫ ਸਮਝਦਾ ਕਿ ਮੈਨੂੰ ਪਕੜ ਨਹੀਂ, ਪਕੜ ਤੇ ਹੋ ਚੁੱਕੀ ਹੈ। ਔਰ ਉਹਦੇ ਲਈ ਮਿਸਾਲ ਦਿੱਤੀ ਵੀ ਇੱਕ ਆਲਾ ਕਿਸਮ ਦਾ ਜਿਹੜਾ ਨਾ ਸ਼ੀਸ਼ਾ ਜਾਂ ਕੋਈ ਐਸੀ ਦੇਗ ਨਵੀਂ ਆ, ਉੱਤੇ ਹੌਲੀ ਹੌਲੀ ਕਾਲਕ ਜੰਮਦੀ ਜਾਂਦੀ। ਇਹ ਖੁਦ ਰਸੂਲਾਂ ਨੇ ਮਿਸਾਲ ਦਿੱਤੀ ਹੈ ਤਿਰਮਿਜ਼ੀ ਸ਼ਰੀਫ਼। ਇਹ ਵੱਡੀ ਸਜ਼ਾ ਹੈ ਕਿ ਦਿਲ ਕਾਲੇ ਹੁੰਦੇ ਜਾਣ। ਫਰਮਾਇਆ ਤੇ ਕੈਬ ਕਰਨਾ ਚਿਹਰੇ ਦਿਲ 'ਤੇ ਕਾਲਾ ਨੁਕਤਾ ਪੈ ਜਾਂਦਾ, ਤੌਬਾ ਕਰਨਾ ਝੁਲ ਜਾਂਦਾ, ਇੱਕ ਹੋਰ ਕਰਨਾ ਹੋਰ, ਇੱਕ ਦਿਨ ਹੁੰਦਾ ਵੀ ਉਹ ਦਿਨ ਸਾਰਾ ਕਾਲਾ ਹੋ ਜਾਂਦਾ। ਤੂੰ ਆਪਣੀ ਜਾਤ 'ਤੇ ਸਮਝਦਾ ਮੈਨੂੰ ਕੋਈ ਸਜ਼ਾ, ਸਜ਼ਾ ਤਾਂ ਹੋ ਚੁੱਕੀ ਹੈ, ਨਾ ਤੈਨੂੰ ਨਮਾਜ਼ 'ਚ ਕੋਈ ਸਵਾਦ ਆਉਣਾ, ਨਾ ਦੁਆਵਾਂ 'ਚ ਆਉਣਾ, ਬਲਕਿ ਹੋ ਸਕਦਾ ਛੋਟੀ ਜਾਣ। ਹਜ਼ਰਤ ਸ਼ੁਐਬ ਅਲੈਹ ਸਲਾਮ ਨੇ ਕਿਹਾ ਬੇਵਕੂਫ ਸਮਝਦਾ, ਸਜ਼ਾ ਨਹੀਂ, ਉਹ ਸਜ਼ਾ ਹੋ ਚੁੱਕੀ, ਮਰਦੂਦ ਹੋ ਚੁੱਕਾ, ਇਹਨੂੰ ਕਿਸੇ ਬਾਤ ਕੋਈ ਲੁਤਫ ਨਹੀਂ ਆਉਂਦਾ, ਕੋਈ ਇਹਨੂੰ ਫਰ ਚੂੰ ਕੁਨਾ ਦੇ ਸਰਾਰ ਬਦ ਪੇਸ਼ਾ ਕੁਨਾ ਖਾਕ ਅੰਦਰ ਚਸ਼ਮੇ ਅੰਦੇਸ਼ਾ ਕੁਨਾ। ਜਦੋਂ ਬੰਦਾ ਹੌਲੀ ਹੌਲੀ ਬੁਰਾਈ ਕਰਦਾ ਜਾਂਦਾ, ਜਿਵੇਂ ਕਾਲਾ ਹੁੰਦਾ ਜਾਂਦਾ, ਤਵਾ ਅੱਲਾਹ ਆਂਦਾ ਇਹ ਸਜ਼ਾ ਮੈਂ ਦੇਣਾ, ਜ਼ਾਹਿਰੀ ਨਹੀਂ ਹੁੰਦਾ, ਜ਼ਾਹਿਰ 'ਚ ਹੋ ਸਕਦਾ ਉਹਨੂੰ ਪੈਸਾ ਜ਼ਿਆਦਾ ਮਿਲੇ, ਮਰਦੂਦ ਨੂੰ ਕਾਰਾਂ ਮਿਲਣ। ਜਦੋਂ ਬੁਰਾਈ 'ਤੇ ਸਮਝੋ ਇਸਰਾਰ ਕਰਦਾ, ਬਾਰ ਬਾਰ ਕਰਦਾ, ਅਤੇ ਉਹਦੀ ਅਕਲ ਜਿਹੜੀ ਉਹ ਫਿਰ ਮਸਤ ਮਾਰ ਦੇਣਾ, ਉਹਨੂੰ ਉਹ ਬੁਰਾਈ ਸਮਝ ਨਹੀਂ ਆਉਂਦੀ, ਆਉਂਦਾ ਨਹੀਂ ਇਹਦੇ 'ਚ ਅੱਗੇ ਕੰਮ, ਸੂਦ ਅੱਛਾ ਕੰਮ ਹੈ, ਸ਼ਰਾਬ ਬੜੀ ਮਜ਼ੇਦਾਰ, ਉਲਟੀ ਗੰਗਾ ਬਹਿਣੀ ਸ਼ੁਰੂ ਹੋ ਜਾਂਦੀ, ਬੁਰਾਈ ਨੇਕੀ ਬਣ ਜਾਂਦੀ ਉਹਦੀ। ਤੌਬਾ ਨੂੰ ਦਹਿਸ਼ਤ ਬਿਗਰ ਸ਼ੀਰੀ ਸ਼ੀਰੀ ਸਵਦ ਪਰੋ ਬਾਲ ਬਰ ਦਿਲ ਸ਼ਾਂ ਜੁਰਮ ਤਾਬੇ ਦੀ ਸਵਦ। ਉਹਦੇ ਲਈ ਉਹ ਹੈ ਸਮਝ, ਤੌਬਾ ਦਾ ਕਦੀ ਸੋਚਦਾ ਹੀ ਨਹੀਂ, ਸਗੋਂ ਗੁਨਾਹ ਉਹਨੂੰ ਮਿੱਠਾ ਲੱਗਦਾ, ਦਿਨ ਮਸੀਕੀ ਹੋਣੀ ਚਾਹੀਦੀ ਸਾਜ। ਤੌਬਾ ਨੂੰ ਦਹਿਸ਼ਤ ਬਿਗਰ ਸ਼ੀਰੀ ਸਵਦ ਬਰ ਦਿਲ ਸ਼ਾਂ ਜੁਰਮ ਤਾਬੇ ਦੀ। ਉਹ ਜੁਰਮ ਨੂੰ ਹੌਲੀ ਜਿਹੀ ਚੰਗਾ ਲੱਗਦਾ, ਜਿਹਨੂੰ ਕੁਰਾਨ ਦਾ ਜ਼ੂਈਏ ਨਾਲ ਰੂਸੂਆ ਮਰੇ, ਬੁਰੇ ਕੰਮ ਉਹਨੂੰ ਫਿਰ ਬਹੁਤ ਪਿਆਰੇ ਲੱਗਦੇ, ਬੇਦੀਨ ਔਰ ਕਾਫਿਰ ਹੋ ਜਾਂਦਾ। ਹਾਂ ਪਛੇ ਮਾਨੀ ਯਾਰ ਬਰਫਤ ਅਜੂ ਸ਼ਸਤ ਬਰ ਆਈ ਨਾ ਰੰਗੇ ਸ਼ਸਤੋ, ਸੱਠ ਕਿਸਮ ਦੀਆਂ ਤੈਂ ਅਤੇ ਤੈਂ ਕਾਲਕਾਂ ਜੰਮ ਜਾਂਦੀਆਂ, ਉਹਨੂੰ ਕਦੀ ਵੀ ਇਹ ਤੌਫੀਕ ਨਹੀਂ ਆਉਂਦੀ ਵੀ ਆਖਿਆ ਯਾਰ ਲਾ ਮੈਨੂੰ ਮਾਫ਼ ਕਰੇ। ਤੌਬਾ ਨਹੀਂ ਆਉਂਦਾ, ਨਾ ਰੋਂਦਾ, ਨਾ ਛੱਡਣਾ ਚਾਹੁੰਦਾ, ਰਾਜ਼ੀ ਰਹਿੰਦਾ। ਮੈਂ ਫਿਰ ਉਹ ਕਾਲੀ ਸਿਆਹੀ ਪਰ ਉਹਨੂੰ ਨਾ ਮੁਰਾਦ ਔਰ ਬੇਦੀਨ ਬਣਾ ਦੇਣਾ। ਹਾਂ ਇੱਕ ਇਲਾਜ ਜ਼ਰੂਰ ਆ, ਬਸ ਚਾਰਾ ਜੁਜ ਪਨਾਹ ਹੈ ਚਾਰਾ ਗਰ, ਨਾ ਉਮੀਦੇ ਮਿਸੋ ਇੱਕ ਨਾ ਉਮੀਦੀ ਮਿਸੋ ਇੱਕ ਸੀ ਰਸ਼ਨ, ਇੱਕ ਇਲਾਜ ਜ਼ਰੂਰ ਹੈ ਵੀ ਕਿੰਨਾ ਡੁੱਬ ਚੁੱਕਾ ਹੈ ਮੁੜ ਪਵੇ, ਅਤੇ ਜਿਹੜਾ ਅਸਲ ਚਾਰਾ ਕਰ ਰਿਹਾ ਇਲਾਜ ਕਰਨਾ ਉਹਦੇ ਥੱਲੇ ਡਿੱਗ ਪਵੇ, ਵੀ ਬਿਮਾਰ ਹੋ ਚੁੱਕਾ, ਮਰਦੂਦ ਹੋ ਚੁੱਕਾ, ਰਹਿ ਫਰਮਾ। ਨਾ ਉਮੀਦੀ ਨੂੰ ਸਮਝਦਾ ਤਾਂਬਾ ਅਤੇ ਅੱਲਾਹ ਦੀ ਨਜ਼ਰ ਜਿਹੜੀ ਉਹ ਖੀਰ ਆ ਉਹਨੇ ਸੋਨਾ ਬਣਾ ਦੇਣਾ। ਨਾ ਉਮੀਦੀ ਆਵ ਪੇਸ਼ੇ ਊ ਨਿਹੱਦ ਤਾਜ ਦਰਦੇ ਬੇਦੁਆ ਬੇਰੂ ਜਦ। ਜਦੋਂ ਫਿਰ ਆਪਣੀਆਂ ਨਾ ਉਮੀਦੀਆਂ ਅੱਲਾਹ ਅੱਗੇ ਰੱਖ ਦਿੰਦਾ, ਰੱਬ ਦੀ ਰਹਿਮਤ ਫਿਰ ਜ਼ੋਰ ਕਰਦੀ ਹੈ, ਅੱਲਾਹ ਤਾਲਾ ਉਹਦੇ ਸਾਰੇ ਐਬ ਤੋਂ ਗੁਫਤ ਯਾਰ। ਹਾਂ ਜਦੋਂ ਸ਼ੁਐਬ ਅਲੈਹ ਸਲਾਮ ਨੇ ਦੱਸਿਆ ਵੀ ਜਿਹੜਾ ਤੂੰ ਰੂਹਾਨੀ ਤੌਰ 'ਤੇ ਲਾਂਤੀ ਹੋ ਚੁੱਕਾ ਨਾ, ਤੈਨੂੰ ਹੁਣ ਕੋਈ ਗੁਬਣਾ, ਇਹ ਸਜ਼ਾ ਹੋ ਚੁੱਕੀ, ਰੱਬ ਦੀ ਨਜ਼ਰ 'ਤੇ ਤੈਨੂੰ ਸਭ ਤੋਂ ਵੱਡੀ ਸਜ਼ਾ ਮਿਲੀ। ਤੂੰ ਸ਼ੁਐਬਾ ਨੁਕਤਾ ਬਾਊ ਬਗੁਫਤ ਜਾਂ ਦਮੇ ਜਾਂ ਦਲ ਦਿਲੇ ਊ ਗੁਲ ਸ਼ਿਕਰ, ਬੰਦਾ ਫਿਰ ਵੀ ਕਿਸਮਤ ਵਾਲਾ ਸੀ। ਜਦੋਂ ਸ਼ੁਐਬ ਅਲੈਹ ਸਲਾਮ ਤਾਂ ਆਖਿਆ ਤੂੰ ਇਹ ਆਨਾ ਮੈਨੂੰ ਕੋੜ ਹੋ ਜਾਏ, ਮੇਰਾ ਮਾਲ ਲੁੱਟਿਆ ਜਾਏ, ਉਹ ਬੇਵਕੂਫਾ ਇਹ ਬਾਤਾਂ ਦੀ ਲਜ਼ਤ ਜਾਂਦੀ ਰਹੀ, ਗੁਨਾਹ ਤੇਰੇ ਲਈ ਮਜ਼ੇਦਾਰ ਹੋ ਗਿਆ। ਸੁਣਨ ਤੋਂ ਬਾਅਦ ਉਹਦੇ ਦਿਲ 'ਚ ਫੁੱਲ ਖਿੜਿਆ, ਜਾਨ ਉਹ ਬਸ਼ਨੀਦ ਵਹੀਏ ਆਸਮਾਂ ਗੁਫ਼ਤਗੂ ਬਰਫ ਮਾਰਾ ਕੂਨ, ਕਹਿਣ ਲੱਗਾ ਸ਼ੁਐਬ ਅਲੈਹ ਸਲਾਮ ਤੂੰ ਇਹ ਦੱਸੀ ਗੱਲ ਮਗਰ ਮੈਨੂੰ ਕੋਈ ਨਿਸ਼ਾਨੀ ਦੇ ਨਾ, ਜਿਹਦੇ ਨਾਲ ਮੈਨੂੰ ਪਤਾ ਲੱਗੇ ਵੀ ਵਾਕਈ ਮੈਂ ਮਰਦੂਦ ਹੋ ਚੁੱਕਾ। ਗੁਫ਼ਤ ਯਾਰ ਅਬ ਦਫੇ ਮੰਨੀ ਗੋਇਦੂ ਆਂ ਗ੍ਰਿਫਤਾਰ ਨਿਸ਼ਾਮੀ ਜੋ ਆਪ ਨੇ ਬਣਾ ਲਾਏ, ਮੇਰੀ ਗੱਲ ਨਹੀਂ ਮੰਨਦਾ ਤਾਂਦਾ ਕੋਈ ਨਿਸ਼ਾਨੀ ਦੇ ਦੱਸ ਨਿਸ਼ਾਨੀ। ਗੁਫ਼ਤ ਸੱਤਾਰਮ ਨਾ ਗੋਇਮ ਰਾਜ਼ਾ ਜੁਜ ਜਕੇ ਰਮਦੇ ਬਰਾਏ ਫਿਲਾਜ, ਐ ਸੁਣ ਲਓ ਮੈਂ ਤੁਸੀਂ। ਫਰਮਾਇਆ ਮੈਂ ਪਰਦਾ ਪੋਸ਼ ਹਾਂ, ਮੈਂ ਇਹਨੂੰ ਇਹ ਨਹੀਂ ਦੱਸਣਾ ਕਿਆ ਕਰਦਾ ਦੁਆ ਕਰਦਾ, ਹਾਂ ਇੱਕ ਚੀਜ਼ ਇਹਨੂੰ ਮੈਂ ਸਮਝਾ ਦਿੰਦਾ ਜਿਹੜੀ ਯੱਕ ਨਿਸ਼ਾਨੇ ਆ ਕੇ ਮੀ ਗੋਇਮ ਵਰਾ ਆ ਕੇ ਤਾਰ ਦਾਰ ਦੋ ਸੌਮ ਹੁੰਦਾ, ਇੱਕ ਨਿਸ਼ਾਨੀ ਪੱਲੇ ਬਣੋ ਕਿ ਨਮਾਜ਼ੀ ਵੀ ਆ, ਉਮਰੇ ਵੀ ਕਰਦਾ, ਇਤਕਾਫ ਵੀ ਕਰਦਾ, ਅੱਧ ਨਮਾਜ਼ੋ ਅੱਧ ਕਾਤੋ ਕਹਿ ਰਿਹਾ ਲੇਖ ਯੱਕ ਦਰਦਾਰ ਦਾਰ ਦੋ ਕਹਿ ਜਾ,
ਇਹਨਾਂ ਕਰਦਾ ਮਜ਼ਾ ਇਹਨੂੰ ਕਦੀ ਨਹੀਂ ਆ। ਉਸ ਬਾਅਦ ਚੋਂ ਕੋਈ ਲੁੱਥ ਨਹੀਂ ਮਿਲਿਆ, ਖੁਦਾ ਦੀ ਮੁਹੱਬਤ ਦਾ ਕੋਈ ਨਿਸ਼ਾਨ ਨਹੀਂ ਨਜ਼ਰ ਆਇਆ। ਨੀ ਕੁਨੱਤਾ ਤੁਸ ਅਫਾਰੇ ਸਨੀ ਲੇ ਯਕਦਰਦਾ ਨਜ਼ਾਰਤ ਚਾਸ਼ਨੀ, ਇੰਨੀਆਂ ਨੇਕੀਆਂ ਕਰਦਾ, ਖੈਰਾਤਾਂ ਕਰਦਾ, ਮਗਰ ਉਹਦੇ ਅੰਦਰ ਕੋਈ ਮਿਠਾਸ ਨਹੀਂ ਕਦੀ ਇਹਨੂੰ ਮਹਿਸੂਸ ਹੋਈ। ਤਾ ਤਸ ਨਕਦਸ ਤੋਂ ਮਾਨਾ ਨਕਦ ਨੇ ਚੂੰ ਜੋਜ਼ਾ ਬਿਸਿਆਰ ਦਾਰਦ ਮਗਦ ਨੇ, ਇਹਦੀ ਇਬਾਦਤਾਂ ਬਹੁਤ ਅੱਛੀ ਗੱਲ ਹੈ ਮਗਰ ਵਿੱਚ ਮਾਨਾ ਕੋਈ ਨਹੀਂ, ਉਹਨਾਂ ਦੇ ਵਿੱਚ ਮਜ਼ਮੂਨ ਹੈ ਨਹੀਂ, ਮੁਰਦਾ ਜਾਨ ਹੈ। ਇਸ ਤਰ੍ਹਾਂ ਹੀ ਸਮਝੋ ਜਿਵੇਂ ਸਮਝੋ ਅਖਰੋਟ ਹੋਵੇ, ਜ਼ੌਕ ਬਾਇਦ ਤਾਦਿਆ ਤਾਦ ਬਰ ਮਗਜ਼ ਬਾਇਦ ਤਾਦਿਆ ਦਾਣਾ ਸਜਰ, ਜਦੋਂ ਨਮਾਜ਼ਾਂ ਰੋਜ਼ੇ ਕਰੋ ਨਾਲ ਨਾਲ ਵਹਿੰਦੇ ਰਹੋ, ਬਈ ਕੁਛ ਇਹਦਾ ਮੈਨੂੰ ਵਾਪਸ ਮਿਲ ਰਿਹਾ, ਕੋਈ ਮਜ਼ਾ, ਕੋਈ ਖੁਦਾ ਦਾ ਪਿਆਰ, ਕੋਈ ਮੁਹੱਬਤ। ਦਾਣਾ ਹੈ ਬੇ ਮਗਜ ਗਰਦਨ ਕੈਦ ਕਹਿ ਗਰਦਨ ਨਹਾਰ, ਆਂਦੇ ਜਿਸ ਦਾਣੇ 'ਚ ਗਿਰੀ ਨਹੀਂ ਹੁੰਦੀ ਉਹ ਬੇਸ਼ੱਕ ਵੀ ਜੋ ਪੌਦਾ ਨਹੀਂ ਨਿਕਲਦਾ। ਸੂਰਤ ਬੇਜਾਨ ਸ਼ਾਇਦ ਜੁਜ਼ ਖਿਆਲ, ਜੇ ਬੇਜਾਨ ਲਾਸ਼ ਜਿਹੜੀ ਉੱਤੇ ਜੋ ਮਰਜ਼ੀ ਤਵੱਕੋ ਕਰੋ, ਮੁਰਦੇ ਨੇ ਕੀ ਕਰਨਾ। ਚੂੰ ਸ਼ੁਐਬ ਈ ਨੁਕਤਾ ਬਰਵੈ ਬਖਾਨ ਦਾ ਤਫਕਰ ਹਮ ਹਰ ਦਰਗੇ ਬਮਾਨ, ਜਦੋਂ ਸ਼ੁਐਬ ਅਲੈਹਿ ਸਲਾਮ ਇਹ ਰਾਜ ਦੱਸੇ ਤੇ ਫਿਰ ਖੋਤੇ ਦੀ ਤਰ੍ਹਾਂ ਜਿਵੇਂ ਆਦਮੀ ਖੋਤਾ ਫਸ ਜਾਂਦਾ ਗਾਰੇ 'ਚ, ਇਤਨਾ ਹੈਰਾਨ ਰਹਿ ਗਿਆ ਵੀ ਇਹ ਸਜ਼ਾ 'ਚ ਮੈਨੂੰ ਮਿਲੀ ਹੋਈ, ਕੋਈ ਬਾਤ ਦਾ ਲੁਤਫ ਨਹੀਂ, ਕੋਈ ਮਜ਼ਾ ਨਹੀਂ ਆਉਂਦਾ। ਤਾਂ ਅੱਲਾਹ ਤੌਫੀਕ ਦੇ ਮੈਂ ਔਰ ਤੁਸੀਂ ਜਿਵੇਂ ਅੱਲਾਹ ਦੇ ਰਸੂਲ ਅਲੈਹਿ ਸਲਾਮ ਕਿਹਾ ਤਾਂ ਉਸ ਪੱਥਰ 'ਤੇ ਲਿਖਿਆ ਨਾ ਕਿ ਜੋ ਬੰਦੋਂ ਸੇ ਮੰਗੇਗਾ ਉਹ ਮਹਰੂਮ ਰਹੇਗਾ, ਜੋ ਅੱਲਾਹ ਸੇ ਮੰਗੇਗਾ ਉਹ ਮਹਰੂਮ ਨਹੀਂ ਰਹੇਗਾ। ਵਾਖਿਰ ਦਾਵਾਨ ਅਲਹਮਦੁਲਿਲਾਹ ਰੱਬਿਲ ਆਲਮੀਨ, ਵਸੱਲ ਅੱਲਾਹ ਤਾਲਾ ਖੈਰ ਖਲਕੀ ਸੈਯਦਨਾ ਮੁਹੰਮਦ ਅਲੈਹਿ ਸਾਬਿਤ, ਬਿਸਮਿਲ੍ਲਾਹ।